ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਗਏ ਨੇ ਉਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਅਹਿਮ ਲਮਾਰੀਆਂ ਨੇ ਜੋ ਸੀਨੀਅਰਸ ਨੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਸਾਡੇ ਹਰ ਪਰਿਵਾਰ ਦਾ سرمایہ ਹੁੰਦੇ ਨੇ ਐਡਮਿੰਟਨ ਦੇ ਵਿੱਚ ਮੇਲੂਅਲ ਕਲਚਰਲ ਸੀਨੀਅਰ ਸੁਸਾਇਟੀ ਜੋ ਰਿਟਾਇਰਡ ਐਂਡ ਸੈਮੀ ਰਿਟਾਇਰਡ ਲਈ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਆ ਉਹਨਾਂ ਵੱਲੋਂ ਅੱਜ ਹੈਲਥ ਵਾਕ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਤੁਸੀਂ ਦੇਖ ਰਹੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਨੀਅਰਸ ਸ਼ਾਮਲ ਹੋ ਕੇ ਇਸ ਹੈਲਥ ਵਾਕ ਐਂਡ ਫੰਡ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਮੈਸੇਜ ਦੇ ਰਹੇ ਨੇ ਕਿ ਸਿਹਤਾਂਦੁਰਸ ਰੱਖਣ ਵਾਸਤੇ ਆਪਾਂ ਨੂੰ ਹਮੇਸ਼ਾ ਵਾਕ ਕਰਨੀ ਚਾਹੀਦੀ ਆ ਇਸ ਵਾਕ ਦੇ ਵਿੱਚ ਕੀ ਕੀ ਹੋਣ ਵਾਲਾ ਆਓ ਗੱਲਬਾਤ ਕਰਦੇ ਆ ਇਸ ਸੁਸਾਇਟੀ ਦੇ ਪ੍ਰਧਾਨ ਸਰਦਾਰ ਅਜੈਬ ਸਿੰਘ ਮਾਨ ਦੇ ਨਾਲ ਮਾਨ ਸਾਹਿਬ ਅੱਜ ਜੋ ਇਹ ਵਾਕਰ ਪ੍ਰਬੰਧ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਕੀ ਪ੍ਰਬੰਧ ਹੋ ਰਿਹਾ ਹੈ ਨੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਮੈਸੇਜ ਹੈ ਜੀ ਸਿਹਤ ਜਿਹੜੀ ਹੈਗੀ ਇਹ ਦਾ ਕੋਈ ਮੁੱਲ ਨਹੀਂ ਹੈ ਜਿਵੇਂ ਅੰਗਰੇਜ਼ੀ ਦਾ ਇੱਕ ਕਹਾਵਤ ਹੈ ਕਿ ਹੈਲਥ ਇਜ਼ ਵੈਲਥ ਦੇ ਵੈਲਥ ਨਹੀਂ ਮੈਕਨ ਇਸ ਉਮਰ ਚ ਆ ਕੇ ਐ ਲੱਗਦਾ ਹੈ ਵੈਲਥ ਤੋਂ ਵੀ ਇਹ ਵੱਡੀ ਚੀਜ਼ ਹੈ ਕੋਈ ਕਿਉਂਕਿ ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀਂ ਹੈ ਤੁਸੀਂ ਇੰਜੋਏ ਨਹੀਂ ਕਰ ਸਕਦੇ ਜ਼ਿੰਦਗੀ ਨੂੰ ਇਸ ਕਰਕੇ ਸਾਡੀ ਸੁਸਾਇਟੀ ਨੇ ਇਹ ਸੋਚਿਆ ਕਿ ਅਸੀਂ ਵਾਕ ਕਰੀਏ ਤਾਂ ਕਿ ਲੋਕਾਂ ਨੂੰ ਇਹਦੇ ਨਾਲ ਲੱਗਣ ਇਹ ਉਤਸ਼ਾਹ ਪੈਦਾ ਹੋਵੇ ਕਿ ਸਿਹਤ ਦਾ ਖਿਆਲ ਰੱਖਣ ਇਸ ਵਾਗ ਦੇ ਵਿੱਚ ਹਿੱਸਾ ਲੈਣ ਦੇ ਲਈ ਜਿੱਥੇ ਵੱਖ-ਵੱਖ ਉਮਰ ਦੇ ਲੋਕ ਪਹੁੰਚਦੇ ਦੇ ਸਕਦੇ ਹੈਗੇ ਇੱਥੇ ਛੋਟੀ ਉਮਰ ਦੇ ਬੱਚੇ ਵੱਡੀ ਉਮਰ ਦੇ ਬੱਚੇ ਪਹੁੰਚੇ ਨੇ ਇਸ ਦੇ ਵਿੱਚ ਪਹੁੰਚ ਨੇ ਹਲਕਾ ਮੈਨਕਤ ਵਿਧਾਇਕ ਪੀਟਰਸਨ ਸਦ ਸਭ ਸੰਸਦ ਤੁਸੀਂ ਇਸ ਵਾਗ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹਨਾਂ ਦਾ ਜਿਹੜਾ ਅਵੇਅਰਨੈਸ ਦਾ ਅੱਜ ਬਜ਼ੁਰਗਾਂ ਨੇ ਕਰ ਰਹੇ ਆ ਬਹੁਤ ਵਧੀਆ ਆਪਣੇ ਆਪ ਦੇ ਲਈ ਤਾਂ ਹੈਲਥਲੀ ਬੈਟਰ ਬੈਟਰ ਇਹ ਅਨਦਰ ਗਵਰਨਮੈਂਟ ਗਵਰਨਮੈਂਟ ਵਾਲੀ ਸਾਈਡ ਨੂੰ ਦੇਖੋ ਇਹੜਾ ਆਪਾਂ ਬਰਡਨ ਆ ਜਿਹੜਾ ਹੈਲਥ ਦਾ 16.8 ਬਿਲੀਅਨ ਡਾਲਰ ਇਨਵੈਸਟ ਕਰ ਰਿਆ ਆਪਾਂ ਇਹਦੇ ਹੈਲਥ ਡਿਪਾਰਟਮੈਂਟ ਤੇ ਇਹ ਸੰਸਥਾ ਐਸੀ ਆ ਜਿੱਥੇ 300 ਤੋਂ ਵੱਧ ਇਸ ਸੰਸਦ ਦੇ ਮੈਂਬਰ ਨੇ ਅਤੇ ਸਮੇਂ-ਸਮੇਂ ਤੇ ਵੱਖ-ਵੱਖ ਪ੍ਰੋਗਰਾਮ ਜੁਰੀਤ ਕਰਦੇ ਰਹਿੰਦੇ ਨੇ ਇਸ ਸਵਾਗਤ ਦੇ ਵਿੱਚ ਜਿੱਥੇ ਸੈਮੀ ਰਿਟਾਇਰ ਲੋਕੀ ਸ਼ਾਮਿਲ ਹੋਏ ਨੇ ਉੱਥੇ ਨਾਲ ਦੇ ਨਾਲ ਸਾਡੇ ਹਲਕਾ ਅਲਸੀ ਦੇ ਵਿਧਾਇਕ ਕਨਰੇਸ਼ ਭਰਦਾ ਜੀ ਪਹੁੰਚੇ ਨੇ ਉਹਨਾਂ ਨੇ ਗੱਲ ਕਰਦੇ ਕਿ ਉਹ ਕੀ ਕਹਿਣਾ ਚਾਹੁੰਦੇ ਆ ਬਹੁਤ ਹੀ ਵਧੀਆ ਉਪਰਾਲਾ ਕਰ ਰਹੀ ਮੇਰੂ ਇਸ ਸੋਸਾਇਟੀ ਫਰ ਰਿਟਾਇਰਡ ਐਂਡ ਸੈਮੀ ਰਿਟਾਇਰ ਜਿੱਦਾਂ ਕਿ ਜਿਹੜੀ ਵਾਕਿੰਗ ਹੈਗੀ ਕੋਈ ਵੀ ਐਕਸਰਸਾਈਜ਼ ਜਦੋਂ ਵੀ ਅਸੀਂ ਕਰ ਸਕੀਏ ਡਿਊਰਿੰਗ ਦਿ ਡੇ ਸਾਨੂੰ ਕਰਨੀ ਚਾਹੀਦੀ ਆ ਔਰ ਹੈਲਥ ਬੈਨੀਫਿਟਸ ਇਹਦੇ ਬਹੁਤ ਹੀ ਜ਼ਿਆਦਾ ਤਰ੍ਹਾਂ ਦੇ ਨਾਲ ਬਾਲ ਅੰਕਲ ਇਸ ਵਿਸ਼ੇ ਤੇ ਕਾਫੀ ਸੇਵਾਵਾਂ ਪ੍ਰਦਾਨ ਕਰਦੇ ਰਹਿੰਦੇ ਨੇ ਉਹਨਾਂ ਨੇ ਗੱਲ ਕਰਦਾ ਕਿ ਬਾਲ ਸਾਹਿਬ ਤੁਸੀਂ ਬਜ਼ੁਰਗਾਂ ਵਾਸਤੇ ਕਿ ਕਿ ਸੇਵਾ ਪ੍ਰਦਾਨ ਕਰਦੇ ਹੋ ਅਸੀਂ ਬਜ਼ੁਰਗਾਂ ਵਾਸਤੇ 올ਡ 에ਜ ਸਿਕਿਉਰਿਟੀ ਜੀ ਐਸ ਲਾਉਂਜ ਡੈਂਟਲ ਇੰਟਰਪ੍ਰੀਟੇਸ਼ਨ ਫ੍ਰੀ ਯੋਗਾ ਕਲਾਸਿਸ ਆ ਥਰਸਡੇ ਫ੍ਰਾਈਡੇ ਐਂਡ ਸੈਟਰਡੇ ਇਨ ਸੋਸਾਇਟੀ ਔਰ 95 ਤੋਂ ਇਹ ਸ਼ੁਰੂ ਕੀਤੀ ਆ ਬਗੈਰ ਚੱਲ ਰਹੀ ਆ ਇਸ ਵਾਗਦ ਵਿੱਚ ਤੁਸੀਂ ਦੇਖੋ ਕਿ ਛੋਟੀ ਉਮਰ ਦੇ ਬੱਚੇ ਪਹੁੰਚੇ ਨੇ ਪਰ ਇਸ ਸੰਸਥਾ ਦੇ ਮੈਂਬਰ ਜਿਨ੍ਹਾਂ ਦੀ ਉਮਰ ਅੱਜ 103 ਸਾਲ ਆ ਉਹ ਬਿਨਾ ਐਨਕਾਂ ਤੋਂ ਤੇ ਬਿਨਾ ਖੁੰਡੀ ਤੋਂ ਇਸ ਵਾਗਦ ਵਿੱਚ ਸ਼ਾਮਲ ਹੋ ਕੇ ਹਿੱਸਾ ਲੈ ਰਹੇ ਨੇ ਬਾਬਾ ਗੁਰਦਿਆਲ ਸਿੰਘ ਜੀ ਜਿਹੜੇ ਬੜੇ ਅੱਛੇ ਪੋएट ਵੀ ਨੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਗਰੇਵਾਲ ਸਾਹਿਬ ਨੇ ਕਰ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਕਿ ਪਹਿਲੀ ਵਾਰ ਹੈ ਕਿ ਸਾਡੀ ਇਸ ਸੁਸਾਇਟੀ ਵੱਲੋਂ ਸਾਡੇ ਪ੍ਰਧਾਨ ਸਰਦਾਰ ਜੈਪ ਸਿੰਘ ਜੀ ਮਾਨ ਨੇ ਉਪਰਾਲਾ ਕੀਤਾ ਹੈ ਸਾਡੇ ਸ਼ਹਿਰ ਦੇ ਮਸ਼ਹੂਰ ਡਾਕਟਰ ਐਨ ਕੇ ਹੰਸ ਅਤੇ ਡਾਕਟਰ ਸਤਵੀਰ ਗਿੱਲ ਅਤੇ ਛਿਲਾ ਦੂਆ ਵੀ ਇਸ ਵਾਕ ਦੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਇਸ ਵਾਕ ਪ੍ਰਤੀ ਉਹ ਕੀ ਸੰਦੇਸ਼ ਚਾਹੁੰਦੇ ਨੇ ਡਾਕਟਰ ਐਨ ਕੇ ਹੰਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਹੈਗੀ ਐਕਸਰਸਾਈਜ਼ ਇਜ਼ ਦ ਬੈਸਟ ਹੈਲਥ ਐਂਡ ਬੈਸਟ ਮੈਡੀਸਨ ਫਾਰ ਮੈਜੋਰਟੀ ਆਫ ਦ ਡਿਜ਼ੀਜ਼ਸ ਇਹ ਤਾਂ ਬਹੁਤ ਹੀ ਵਧੀਆ ਗੱਲ ਹੈਗੀ ਹੈ ਨਾਲੇ ਹੈਲਥ ਵਾਸਤੇ ਵੀ ਹੈ ਨਾਲੇ ਸਾਰਿਆਂ ਦਾ ਚੰਗਾ ਇਸਾਰਨ ਲਈ ਵਾਸਤੇ ਚੰਗੀ ਗੱਲ ਹੈ ਇਹ ਨਵੀਂ ਫਿਰਤ ਪਾਈ ਹੈ ਸੀ ਸੁਸਾਇਟੀ ਨੇ ਇਸ ਸਾਲ ਤੋਂ ਇਹ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਬਜ਼ੁਰਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਜਿੱਥੇ ਹਰ ਉਮਰ ਦੇ ਲੋਕ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚੇ ਇਸ ਵਾਕ ਨੂੰ ਵਲੰਟੀਅਰ ਕਰਨ ਵਾਸਤੇ ਤੇ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਵੀ ਆਪਣੇ ਪੇਰੈਂਟਸ ਦੇ ਨਾਲ ਆਏ ਨੇ ਜੋ ਮੈਲਰੂਅਲਜ਼ ਕਲਚਰ ਸੁਸਾਇਟੀ ਰਿਟਾਇਰਡ ਐਂਡ ਸੈਮੀ ਰਿਟਾਇਰ ਐਡਮਿੰਟਨ ਵੱਲੋਂ ਅੱਜ ਵਾਕਫ ਫੋਰ ਫੰਡ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਬਜ਼ੁਰਗਾਂ ਨੇ ਬੱਚਿਆਂ ਨੇ ਇਸ ਵਾਕ ਦੇ ਵਿੱਚ 10 ਸਾਲ ਤੋਂ ਲੈ ਕੇ 104 ਸਾਲ ਤੱਕ ਦੇ ਲੋਕਾਂ ਨੇ ਪਹੁੰਚ ਕੇ ਆ ਵਾਕਦ ਵਿੱਚ ਹਿੱਸਾ ਲਿਆ ਅਤੇ ਸਾਰਿਆਂ ਨੇ ਇਸ ਗੱਲ ਨੂੰ ਦੂਜੇ ਲੋਕਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਹਰ ਇੱਕ ਨੂੰ ਸਮੇਂ-ਸਮੇਂ ਤੇ ਵਾਕ ਕਰਦੇ ਰਹਿਣਾ ਚਾਹੀਦਾ ਅਤੇ ਜੋ ਮਿਲਵਰਡਸ ਕਲਚਰ ਸੁਸਾਇਟੀ ਵੱਲੋਂ ਪ੍ਰਬੰਧ ਕੀਤਾ ਗਿਆ ਐਸਓਐਸਜੀ ਪਰਪੂਰ ਚਲਾਗਾ ਕਰਦੇ ਹਨ ਇਤਿਹਾਸ ਕਰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਸਥਾ ਅਤੇ ਹੋਰ ਸੰਸਥਾਵਾਂ ਸਿਹਤ ਪ੍ਰਤੀ ਜਾਗਰੂਤਾ ਪ੍ਰਦਾਨ ਕਰਨ ਵਾਲੀਆਂ ਵਾਕ ਅਤੇ ਸੈਮੀਨਾਰਸ ਕਰਾਉਂਦੇ ਰਹਿਣਗੇ ਗੁਰਪ੍ਰਿੰਦ ਸਿੰਘ ਮਾੜੀ ਮੇਗਾ ਪੀਟੀਸੀ ਨਿਊਜ਼ ਐਡਮਿੰਟਨ ਕੈਨੇਡਾ